ਇੱਕ ਵਾਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਨੀਆ ਦਾ ਕਲਿਆਣ ਕਰਨ ਲਈ ਯਾਤਰਾ ਕਰਦੇ ਕਰਦੇ ਆਪਣੇ ਇੱਕ ਸੇਵਕ ਦੇ ਘਰ ਪਹੁੰਚੇ। ਉਸ ਸੇਵਕ ਦਾ ਨਾਮ ਸੀ ਗੁਰਬਚਨ ਸਿੰਘ। ਜਦੋਂ ਸੇਵਕ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਵੱਲ ਆਉਂਦੇ ਦੇਖਿਆ ਤਾਂ ਉਹ ਖੁਸ਼ੀ ਨਾਲ ਝੱਲਾ ਹੋ ਗਿਆ। ਸੇਵਕ ਗੁਰੂ ਜੀ ਦਾ ਸਵਾਗਤ ਬੜੀ ਧੂਮਧਾਮ ਨਾਲ ਕਰਨਾ ਚਾਹੁੰਦਾ ਸੀ, ਪਰ ਉਹ ਚਾਹ ਕੇ ਵੀ ਨਹੀਂ ਕਰ ਸਕਦਾ ਸੀ, ਕਿਉਂਕਿ ਗੁਰਬਚਨ ਸਿੰਘ ਗਰੀਬ ਬਹੁਤ ਸੀ। ਉਸਦੇ ਕੋਲ ਸਿਰਫ ਇੱਕ ਮਿੱਟੀ ਦਾ ਘਰ ਅਤੇ ਉਸ ਮਿੱਟੀ ਦੇ ਘਰ ਵਿੱਚ ਪਿਆ ਇੱਕ ਸਧਾਰਨ ਜਿਹਾ ਮੰਜਾ ਸੀ। ਇਸ ਤੋਂ ਇਲਾਵਾ ਉਸ ਗਰੀਬ ਦੇ ਘਰ ਹੋਰ ਕੁਝ ਨਹੀਂ ਸੀ। ਸੇਵਕ ਗੁਰਬਚਨ ਸਿੰਘ ਨੇ ਗੁਰੂ ਜੀ ਅਤੇ ਭਾਈ ਮਰਦਾਨੇ ਦਾ ਬੜੀ ਹੀ ਖੁਸ਼ੀ ਨਾਲ ਆਦਰ ਸਤਿਕਾਰ ਕੀਤਾ ਅਤੇ ਬਾਅਦ ਵਿੱਚ ਉਹਨਾਂ ਨੂੰ ਘਰ ਵਿੱਚ ਪਏ ਉਹੀ ਸਧਾਰਨ ਜਿਹੇ ਮੰਜੇ 'ਤੇ ਬਿਠਾ ਦਿੱਤਾ। ਗੁਰੂ ਨਾਨਕ ਦੇਵ ਜੀ ਨੇ ਸੇਵਕ ਨੂੰ ਕਿਹਾ ਕਿ ਭਾਈ, ਅੱਜ ਦੀ ਰਾਤ ਅਸੀਂ ਤੇਰੇ ਕੋਲ ਹੀ ਰੁਕਾਂਗੇ ਅਤੇ ਕੱਲ੍ਹ ਸਵੇਰੇ ਤੜਕੇ ਅੱਗੇ ਨਿਕਲ ਜਾਵਾਂਗੇ। ਤਾਂ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਸੇਵਕ ਬਹੁਤ ਖੁਸ਼ ਹੋਇਆ ਅਤੇ ਨਿਮਾਣਾ ਜਿਹਾ ਹੋ ਕੇ ਗੁਰੂ ਜੀ ਦੇ ਚਰਨਾਂ 'ਤੇ ਢਹਿ ਪਿਆ। ਸੇਵਕ ਦੇ ਘਰ ਵਿੱਚ ਖਾਣ ਲਈ ਕੁਝ ਜ਼ਿਆਦਾ ਨਹੀਂ ਸੀ, ਪਰ ਜੋ ਵੀ ਹੈਗਾ ਸੀ ਉਹ ਉਸਨੇ ਬੜੇ ਹੀ ਆਦਰ ਸਤਿਕਾਰ ਨਾਲ ਗੁਰੂ ਜੀ ਦੇ ਸਾਹਮਣੇ ਭੇਟ ਕਰ ਦਿੱਤਾ। ਸੇਵਕ ਦੀ ਗਰੀਬੀ ਵੇਖ ਕੇ ਭਾਈ ਮਰਦਾਨੇ ਨੂੰ ਉਸ ਉੱਪਰ ਬਹੁਤ ਤਰਸ ਆਇਆ ਕਿ ਇਸ ਬੰਦੇ ਕੋਲ ਜੋ ਵੀ ਥੋੜ੍ਹਾ ਬਹੁਤ ਹੈਗਾ ਸੀ ਉਹ ਵੀ ਇਸਨੇ ਸਾਡੇ ਸਾਹਮਣੇ ਰੱਖ ਦਿੱਤਾ ਹੈ। ਪ੍ਰਸ਼ਾਦਾ ਛਕਣ ਤੋਂ ਬਾਅਦ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆਂ, ਆਹ ਜਿਹੜੇ ਮਿੱਟੀ ਦੇ ਭਾਂਡਿਆਂ ਵਿੱਚ ਅਸੀਂ ਪ੍ਰਸ਼ਾਦਾ ਖਾਧਾ ਹੈ, ਇਹਨਾਂ ਭਾਂਡਿਆਂ ਨੂੰ ਤੋੜ ਦੇ। ਪਹਿਲਾਂ ਤਾਂ ਭਾਈ ਮਰਦਾਨੇ ਨੂੰ ਕੁਝ ਸਮਝ ਨਹੀਂ ਆਇਆ, ਤਾਂ ਫਿਰ ਉਸਨੇ ਸੋਚਿਆ ਕਿ ਜੇਕਰ ਗੁਰੂ ਜੀ ਨੇ ਕਿਹਾ ਹੈ ਤਾਂ ਫਿਰ ਕੁਝ ਸੋਚ ਕੇ ਹੀ ਕਿਹਾ ਹੋਵੇਗਾ। ਤਾਂ ਗੁਰੂ ਜੀ ਦਾ ਭਾਣਾ ਮੰਨ ਕੇ ਭਾਈ ਮਰਦਾਨੇ ਨੇ ਉਹ ਮਿੱਟੀ ਦੇ ਭਾਂਡੇ ਤੋੜ ਦਿੱਤੇ। ਭਾਂਡਿਆਂ ਨੂੰ ਤੋੜਨ ਤੋਂ ਬਾਅਦ ਭਾਈ ਮਰਦਾਨੇ ਨੇ ਜਦੋਂ ਸੇਵਕ ਵੱਲ ਝਾਤੀ ਮਾਰੀ ਤਾਂ ਸੇਵਕ ਨੇ ਕਿਹਾ ਕਿ ਮੇਰਾ ਜੋ ਕੁਝ ਵੀ ਹੈ ਉਹ ਮੇਰੇ ਸਤਿਗੁਰੂ ਦਾ ਹੀ ਦਿੱਤਾ ਹੋਇਆ ਹੈ। ਗੁਰੂ ਜੀ ਜੋ ਵੀ ਤੁਹਾਨੂੰ ਹੁਕਮ ਦਿੰਦੇ ਹਨ ਤੁਸੀਂ ਉਹੀ ਕਰੋ। ਜਿਸ ਤੋਂ ਬਾਅਦ ਗੁਰੂ ਜੀ ਦੇ ਕਹਿਣ ਉੱਤੇ ਭਾਈ ਮਰਦਾਨੇ ਨੇ ਉਸ ਸੇਵਕ ਦੇ ਘਰ ਦੀਆਂ ਬਾਕੀ ਚੀਜ਼ਾਂ ਵੀ ਤੋੜ ਦਿੱਤੀਆਂ। ਜਦੋਂ ਅਗਲੀ ਸਵੇਰ ਹੋਈ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਸੇਵਕ ਨੂੰ ਆਪਣੇ ਕੋਲ ਬੁਲਾਇਆ ਅਤੇ ਕਹਿਣ ਲੱਗੇ ਕਿ ਭਾਈ, ਹੁਣ ਸਾਨੂੰ ਆਪਣੀ ਯਾਤਰਾ ਨੂੰ ਜਾਰੀ ਰੱਖਦੇ ਹੋਏ ਇੱਥੋਂ ਜਾਣਾ ਪਵੇਗਾ। ਤਾਂ ਸੇਵਕ ਨੇ ਕਿਹਾ ਕਿ ਗੁਰੂ ਜੀ, ਤੁਸੀਂ ਮੇਰੇ ਗਰੀਬ ਦੇ ਘਰ ਵਿੱਚ ਆਪਣੇ ਪਵਿੱਤਰ ਚਰਨ ਪਾਏ ਹਨ ਤਾਂ ਮੈਂ ਨਿਹਾਲ ਹੋ ਗਿਆ ਹਾਂ, ਪਰ ਮੈਂ ਆਪ ਜੀ ਸਾਹਮਣੇ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ ਹਾਂ ਕਿ ਮੈਂ ਕੁਝ ਦੂਰੀ ਤੱਕ ਤੁਹਾਡੇ ਨਾਲ ਤੁਹਾਡੀ ਯਾਤਰਾ ਵਿੱਚ ਸਹਾਈ ਹੋਣਾ ਚਾਹੁੰਦਾ ਹਾਂ ਤਾਂ ਜੋ ਮੈਂ ਕੁਝ ਸਮਾਂ ਹੋਰ ਤੁਹਾਡੇ ਨਾਲ ਬਤੀਤ ਕਰ ਸਕਾਂ। ਗੁਰੂ ਜੀ ਨੇ ਉਸ ਸੇਵਕ ਨੂੰ ਕੁਝ ਸਮਾਂ ਉਹਨਾਂ ਦੇ ਨਾਲ ਚੱਲਣ ਲਈ ਆਗਿਆ ਦੇ ਦਿੱਤੀ, ਪਰ ਜਦੋਂ ਘਰੋਂ ਨਿਕਲਣ ਲੱਗੇ ਤਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਫਿਰ ਕਹਿ ਦਿੱਤਾ ਕਿ ਇਸ ਸੇਵਕ ਦਾ ਆਹ ਜਿਹੜਾ ਮਿੱਟੀ ਦਾ ਘਰ ਬਚਿਆ ਹੈ ਇਹਨੂੰ ਵੀ ਪੂਰੀ ਤਰ੍ਹਾਂ ਤੋੜ ਦਿੱਤਾ ਜਾਵੇ। ਤਾਂ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਭਾਈ ਮਰਦਾਨੇ ਨੂੰ ਫਿਰ ਕੁਝ ਸਮਝ ਨਹੀਂ ਆਇਆ, ਪਰ ਇਸ ਵਾਰੀ ਉਹਨਾਂ ਨੇ ਗੁਰੂ ਜੀ ਤੋਂ ਪੁੱਛ ਹੀ ਲਿਆ ਕਿ ਗੁਰੂ ਜੀ,
ਇਸ ਗਰੀਬ ਕੋਲ ਤਾਂ ਸਿਰਫ ਇੱਕ ਮਿੱਟੀ ਦਾ ਘਰ ਹੀ ਬਚਿਆ ਹੈ। ਜੇਕਰ ਅਸੀਂ ਇਹ ਵੀ ਤੋੜ ਦਿੱਤਾ ਤਾਂ ਇਹ ਵਿਚਾਰਾ ਰਹੇਗਾ ਕਿੱਥੇ? ਤਾਂ ਸੇਵਕ ਨੇ ਫਿਰ ਤੋਂ ਭਾਈ ਮਰਦਾਨੇ ਨੂੰ ਕਿਹਾ ਕਿ ਭਾਈ ਜੀ, ਸਤਿਗੁਰੂ ਜੋ ਵੀ ਤੁਹਾਨੂੰ ਕਹਿ ਰਹੇ ਹਨ ਤੁਸੀਂ ਉਹੀ ਕਰੋ, ਕਿਉਂਕਿ ਮੇਰੇ ਕੋਲ ਜੋ ਕੁਝ ਵੀ ਹੈ ਇਹ ਸਭ ਗੁਰੂ ਜੀ ਦਾ ਹੀ ਦਿੱਤਾ ਹੋਇਆ ਹੈ। ਤਾਂ ਸੇਵਕ ਦੇ ਮੂੰਹੋਂ ਇਹ ਸੁਣ ਕੇ ਭਾਈ ਮਰਦਾਨਾ ਜੀ ਨੇ ਘਰ ਤੋੜਨਾ ਵੀ ਸ਼ੁਰੂ ਕਰ ਦਿੱਤਾ। ਘਰ ਨੂੰ ਤੋੜਨ ਤੋਂ ਬਾਅਦ ਗੁਰੂ ਜੀ, ਭਾਈ ਮਰਦਾਨਾ ਤੇ ਉਹ ਸੇਵਕ ਯਾਤਰਾ ਵੱਲੋਂ ਚੱਲ ਪਏ। ਜਦੋਂ ਦਿਨ ਧਰਨ ਲੱਗਾ ਤਾਂ ਗੁਰੂ ਜੀ ਨੇ ਉਸ ਸੇਵਕ ਨੂੰ ਕਿਹਾ ਕਿ ਭਾਈ, ਤੂੰ ਹੁਣ ਆਪਣੇ ਘਰ ਵਾਪਸ ਚਲਾ ਜਾ, ਕਿਉਂਕਿ ਉੱਥੇ ਥੋੜ੍ਹਾ ਕੰਮ ਹਾਲੇ ਵੀ ਬਾਕੀ ਹੈ, ਜਾ ਕੇ ਉਸ ਨੂੰ ਪੂਰਾ ਕਰ। ਤਾਂ ਉਸ ਸੇਵਕ ਨੇ ਗੁਰੂ ਜੀ ਦੇ ਚਰਨਾਂ ਨੂੰ ਹੱਥ ਲਗਾਇਆ ਤੇ ਖੁਸ਼ੀ ਖੁਸ਼ੀ ਨਾਲ ਆਪਣੇ ਘਰ ਵੱਲ ਨੂੰ ਵਾਪਸ ਆ ਗਿਆ। ਸੇਵਕ ਜਦੋਂ ਘਰ ਦੇ ਕੋਲ ਪਹੁੰਚਿਆ ਤਾਂ ਉਹ ਕੀ ਦੇਖਦਾ ਹੈ ਕਿ ਇੱਕ 2 ਫੁੱਟ ਦੀ ਕੰਧ ਸੀ ਜਿਹੜੀ ਕਿ ਹਾਲੇ ਵੀ ਖੜੀ ਸੀ। ਤਾਂ ਉਸਨੇ ਸੋਚਿਆ ਕਿ ਸ਼ਾਇਦ ਭਾਈ ਮਰਦਾਨਾ ਜੀ ਇਸ ਨੂੰ ਢਾਉਣਾ ਭੁੱਲ ਗਏ ਹੋਣਗੇ, ਇਸੇ ਲਈ ਗੁਰੂ ਜੀ ਨੇ ਮੈਨੂੰ ਘਰ ਜਾ ਕੇ ਬਾਕੀ ਕੰਮ ਪੂਰਾ ਕਰਨ ਲਈ ਕਿਹਾ ਹੋਵੇਗਾ। ਸੇਵਕ ਨੇ ਆਪਣੇ ਮੂੰਹ ਵਿੱਚ ਧੰਨ ਧੰਨ ਗੁਰੂ ਨਾਨਕ ਕਹਿ ਕੇ ਉਸ ਬਚੀ ਹੋਈ ਕੰਧ ਨੂੰ ਵੀ ਤੋੜਨਾ ਸ਼ੁਰੂ ਕਰ ਦਿੱਤਾ। ਜਦੋਂ ਉਸਨੇ ਕੰਧ ਨੂੰ ਢਾਉਣਾ ਸ਼ੁਰੂ ਕੀਤਾ ਤਾਂ ਉਸਨੇ ਦੇਖਿਆ ਕਿ ਕੰਧ ਦੀ ਜਿਹੜੀ ਥੱਲੇ ਵਾਲੀ ਜ਼ਮੀਨ ਹੈ ਉਹ ਬਹੁਤ ਕਮਜ਼ੋਰ ਅਤੇ ਖੋਖਲੀ ਹੈ। ਤਾਂ ਜਦੋਂ ਉਸਨੇ ਉਸ ਜਗ੍ਹਾ ਨੂੰ ਸਾਫ ਕਰਕੇ ਦੇਖਿਆ ਤਾਂ ਉਸਦੇ ਥੱਲੇ ਇੱਕ ਸੋਨੇ ਦੀ ਖਾਨ ਸੀ, ਜਿਸ ਨੂੰ ਦੇਖ ਕੇ ਉਹ ਸੇਵਕ ਬਹੁਤ ਖੁਸ਼ ਹੋਇਆ ਅਤੇ ਹੈਰਾਨ ਵੀ ਹੋਇਆ ਕਿ ਕਿੰਨਿਆਂ ਸਾਲਾਂ ਤੋਂ ਉਹ ਇੱਕ ਸੋਨੇ ਦੀ ਖਾਨ ਉੱਪਰ ਰਹਿ ਰਿਹਾ ਸੀ। ਸੇਵਕ ਨੂੰ ਗੁਰੂ ਨਾਨਕ ਦੇਵ ਜੀ ਦਾ ਕੌਤਕ ਹੁਣ ਸਮਝ ਆਇਆ ਅਤੇ ਗੁਰੂ ਜੀ ਦੇ ਆਸ਼ੀਰਵਾਦ ਨਾਲ ਉਸ ਸੇਵਕ ਦੀ ਜ਼ਿੰਦਗੀ ਬਦਲ ਗਈ। ਗੁਰੂ ਨਾਨਕ ਦੇਵ ਜੀ ਦੀ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਪਰਮਾਤਮਾ ਜਦੋਂ ਵੀ ਸਾਡੇ ਨਾਲ ਕੁਝ ਬੁਰਾ ਕਰਦਾ ਹੈ ਤਾਂ ਉਹ ਸਾਡੇ ਚੰਗੇ ਲਈ ਹੀ ਕਰਦਾ ਹੈ। ਇਸ ਕਰਕੇ ਮੁਸੀਬਤ ਆਉਣ 'ਤੇ ਸਾਨੂੰ ਕਦੇ ਵੀ ਢੇਰੀ ਨਹੀਂ ਢਾਉਣੀ ਚਾਹੀਦੀ ਅਤੇ ਨਾ ਹੀ ਰੱਬ ਨੂੰ ਕੋਸਣਾ ਚਾਹੀਦਾ ਹੈ, ਬਲਕਿ ਰੱਬ ਦੇ ਭਾਣੇ ਨੂੰ ਮਿੱਠਾ ਮੰਨ ਕੇ ਉਸ ਮੁਸੀਬਤ ਨਾਲ ਲੜਨ ਦਾ ਬਲ ਮੰਗਣਾ ਚਾਹੀਦਾ ਹੈ। ਪਰਮਾਤਮਾ ਜੋ ਵੀ ਕਰਦਾ ਹੈ ਚੰਗੇ ਲਈ ਹੀ ਕਰਦਾ ਹੈ। ਸਤਿਨਾਮ ਸ਼੍ਰੀ ਵਾਹਿਗੁਰੂ।